ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਮੈਮ ਨੀ ਵਧੀਆ ਅੱਜ ਦਾ ਵਲੋਗ ਕਰਦੇ ਹਾਂ ਸਟਾਰਟ ਅਤੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਅਤੇ ਆਹ ਮੇਰੇ ਨਾਲ ਅਸਦ ਆ ਅਤੇ ਅੱਜ ਅਸੀਂ ਜਾ ਰਹੇ ਹਾਂ ਜਿੰਮ ਜਿਵੇਂ ਕਿ ਤੁਹਾਨੂੰ ਪਤਾ ਤੁਹਾਡਾ ਭਰਾ ਜਿੰਮ ਕਰਨ ਲੱਗ ਗਿਆ ਬੋਲੀ ਬੋਲੀ ਡੋਲੇ ਡੋਲੇ ਮੇਰੇ ਬਣ ਗਏ ਤੂੰ ਤਾਂ ਪੜ ਗਿਆ ਨਾ ਫੇਰ ਯਾਰ ਹੁਣ ਤੂੰ ਸਾਨੂੰ ਗੱਲਾਂ ਕਰਦਾ ਤੂੰ 4 ਮਹੀਨੇ ਹੋ ਗਏ ਜਿੰਮ ਕਰਿਆ ਅੱਜ ਤੱਕ ਵੇਟ ਚ ਘਵਾਉਣਾ ਆਪਣੀ ਮਰਜ਼ੀ ਦਾ ਮੈਂ ਤੇ ਫਿਰ ਪਤਾ ਲੱਗੂਗਾ ਤੂੰ 4 ਮਹੀਨੇ ਕਿੱਥੇ ਜਿੰਮ ਕੀਤੀ ਆਪਣੀ ਮਰਜ਼ੀ ਦਾ ਫਿਰ ਮੇਰਾ ਥੋੜਾ ਬਹੁਤਾ ਖਿਆਲ ਕਰੀ ਕਿਉਂਕਿ ਮੈਂ 4 ਹਫਤੇ 4 ਮਹੀਨੇ ਨਹੀਂ 1 ਹਫਤਾ ਲਾਇਆ ਵਾ ਤੇ ਬਾਕੀ ਹੁਣ ਤੁਹਾਨੂੰ ਅੰਦਰ ਜਾ ਕੇ ਮਿਲ ਜੀ ਹੁਣ ਅਸੀਂ ਜਿੰਮ ਆ ਗਏ ਹਾਂ ਤੇ ਹੁਣ ਇੱਧਰ ਚੈੱਕ ਕਰੋ ਪਾਣੀ ਸ਼ਾਣੀ ਪੀਤਾ ਜਾ ਰਿਹਾ ਤੇ ਹੁਣ ਇਹ ਤੋਂ ਬਾਅਦ ਜੀ ਅਸੀਂ ਵਾਰਮ ਅਪ ਹੋਣਾ ਵਾ ਤੇ ਆ ਪਾਣੀ ਦੀ ਬੋਤਲ ਅਸੀਂ ਭਰਨ ਲੱਗੇ ਹਾਂ ਤੇ ਨਾਲ ਨਾਲ ਅਸੀਂ ਫਿਰ ਪਾਣੀ ਵੀ ਪੀਣਾ ਨਾ ਜਿੰਮ ਕਰਨੀ ਆ ਪਸੀਨਾ ਆਉਣਾ ਵਾ ਜ਼ਿਆਦਾ ਹੁਣ ਪਾਣੀ ਭਰਨ ਦਿਆ ਵਾ ਅਤੇ ਹੁਣ ਅਸੀਂ ਹੋਣਾ ਵਾਰਮ ਅਪ ਥੋੜ੍ਹੀਆਂ ਜਿਹੀਆਂ ਉਹ ਬੈਠਕਾਂ ਬੂਠਕਾਂ ਲਾਉਂਦੇ ਉੱਛਲਦੇ ਕੁੱਦਦੇ ਹਾਂ ਅਤੇ ਫਿਰ ਉਹ ਤੋਂ ਬਾਅਦ ਗੇਮ ਸ਼ੁਰੂ ਕਰਨੀ ਅਤੇ ਅੱਜ ਹੀ ਲਾਉਣੀ ਚੈਸਟ ਦੀ ਗੇਮ ਅਤੇ ਜੇ ਇੱਕ ਮਸਲ ਟ੍ਰੇਨ ਕਰੀਦਾ ਵਾ ਅਤੇ ਹੁਣ ਮੈਨੂੰ ਤਾਂ ਲਾਉਣੀ ਨਹੀਂ ਆਉਂਦੀ ਅਸਰ ਸਾਹਿਬ ਵੀ ਲਵਾਉਣਗੇ ਗੇਮ ਅਤੇ ਬਾਕੀ ਹੁਣ ਆਹ ਵਾਰਮ ਅਪ ਹੋਣ ਲੱਗ ਗਏ ਹਾਂ ਵਾਰਮ ਅਪ ਹੋ ਕੇ ਅਤੇ ਫਿਰ ਗੇਮ ਸ਼ੁਰੂ ਕਰਦੇ ਹਾਂ ਇੱਧਰ ਅਸਰ ਵਾਰਮ ਅਪ ਹੋ ਰਿਹਾ ਵਾ ਇਸ ਤੋਂ ਬਾਅਦ ਲਾਉਣੇ ਜੀ ਅਸੀਂ ਡੰਡ ਅਤੇ ਲਓ ਜੀ 15-15 ਡੰਡ ਆਈ ਦੀ ਇੱਕ ਸੈੱਟ ਦੇ ਵਿੱਚ 12 ਹੁੰਦੇ ਪਰ ਅਸੀਂ ਵਧਾ ਰਹੇ ਹਾਂ ਹੁਣ 15 ਕਰ ਲਏ ਪਹਿਲੇ 12 ਲਾਉਂਦੇ ਸੀਗੇ ਹੁਣ 15 ਲਾ ਰਹੇ ਹਾਂ ਅਤੇ 15 ਡੰਡ ਪਹਿਲੇ ਸੈੱਟ 'ਚ ਲਾਉਣੇ ਆ ਇਸ ਤੋਂ ਬਾਅਦ ਫਿਰ ਮੇਰੀ ਵਾਰੀ ਹੈ ਉੱਥੇ ਡੰਡ ਲੱਗ ਗਏ ਆ ਅਤੇ ਹੁਣ ਮੇਰੀ ਵਾਰੀ ਹੈ ਚਲੋ ਵੇਖਦੇ ਹਾਂ ਮੇਰੇ ਕੋਲ ਲੱਗਦੇ ਕਿ ਨਹੀਂ ਲਓ ਬਈ ਤੁਹਾਡਾ ਭਰਾ ਫਿਰ ਅੱਜ ਡੰਡ ਲਾ ਰਿਹਾ ਥੋੜ੍ਹੀ ਬਹੁਤ ਤਾਕਤ ਆ ਗਈ ਹੈ ਬਾਹਾਂ ਦੇ ਵਿੱਚ ਚਲੋ ਹੁਣ ਦੇਖਦੇ ਹਾਂ 15 ਡੰਡ ਮੈਂ ਵੀ ਲਾਉਣੇ ਆ 15 ਡੰਡ ਲਾ ਕੇ ਅਤੇ ਉਸ ਤੋਂ ਬਾਅਦ ਫਿਰ ਅਸੀਂ 3 ਸੈੱਟ ਪੂਰੇ ਕਰਨੇ ਆ 3 ਸੈੱਟ ਪੂਰੇ ਕਰਨ ਤੋਂ ਬਾਅਦ ਤਾਂ ਫਿਰ ਅਸੀਂ ਕਰਨੀ ਦੂਸਰੀ ਗੇਮ ਸ਼ੁਰੂ ਮਸ਼ੀਨਾਂ 'ਤੇ ਆਉਣਾ ਵਾ ਆਹ ਲਾਗੇ ਆ ਰਨਿੰਗ ਮਸ਼ੀਨ ਪਈ ਹੁਣ ਅਸਦੀ ਵਾਰੀ ਲਾਉਂਦਾ ਇੱਕ ਵੱਡੀ ਵਾਲੇ ਡੰਡ ਲਾਉਣੇ ਆ ਹੁਣ ਪਤਾ ਨਹੀਂ ਕਿਹੜੇ ਡੰਡ ਕਹਿੰਦੇ ਵਾਹਵਾ ਹੀ ਔਖੇ ਹੁੰਦੇ ਇਹਦੇ 'ਤੇ ਬਹੁਤੀ ਜਾਨ ਲੱਗਦੀ ਬਾਹਾਂ ਨੂੰ ਬਹੁਤਾ ਜ਼ੋਰ ਪੈਂਦਾ ਅਤੇ ਇਹਦੇ ਨਾਲ ਬਾਹਾਂ 'ਚ ਜ਼ੋਰ ਵੀ ਹੁੰਦਾ ਵਾ ਡੰਡ ਲਾਉਂਦੇ ਰਹੀਏ ਨਾ ਅਤੇ ਫਿਰ ਇਹਦੇ ਨਾਲ ਟ੍ਰੇਨਰ ਕਹਿੰਦਾ ਸੀ ਇਹਦੇ ਵਿੱਚ ਡੰਡ ਲਾਉਣ ਨੇ ਬਹੁਤਾ ਜ਼ੋਰ ਹੁੰਦਾ ਬਾਹਾਂ ਦੇ ਵਿੱਚ ਅਤੇ ਇਸ ਵਜ੍ਹਾ ਤੋਂ 3 ਸੈੱਟ ਪੂਰੇ ਕਰੀਦੇ ਇੱਧਰ ਵੇਖ ਲਓ ਸਾਹ ਵੀ ਚੜ੍ਹ ਗਿਆ ਪਾਣੀ ਪੀਣ ਲੱਗ ਗਿਆ ਭੀ ਬੋਲ ਵੀ ਇਹਦੀ ਇੱਥੇ ਹੀ ਹੁਣ ਵੇਖੋ ਕਿ ਕੀ ਕਰਦਾ ਜਾ ਕੇ ਉਂਝ ਕਹਿੰਦਾ ਮੈਂ 4 ਮਹੀਨੇ ਜਿੰਮ ਕੀਤੀ ਹੈ ਇੱਥੇ ਪਤਾ ਲੱਗ ਗਿਆ ਇਹਨੇ ਕਿੰਨੀ ਕੁ ਜਿੰਮ ਕੀਤੀ ਆਹ ਹੁਣ ਮਸ਼ੀਨ ਜਿਹੜਾ ਬਾਈ ਲਾ ਰਿਹਾ ਨਾ ਇਸ ਮਸ਼ੀਨ 'ਤੇ ਅਸੀਂ ਵਰਕਆਊਟ ਕਰਨਾ ਵਾ ਅਤੇ ਇਸ ਤੋਂ ਬਾਅਦ ਫਿਰ ਅਗਾਂਹ ਜਿਹੜੀਆਂ ਮਸ਼ੀਨਾਂ ਆਉਣਗੀਆਂ ਲਓ ਜੀ ਅਸਦ ਨੇ ਕੋਈ ਪਾ ਲਈਆਂ ਵਾ 8-9 ਪਲੇਟਾਂ ਪਾ ਲਈਆਂ ਵਾ ਕਿ ਪਤਾ ਨਹੀਂ 10 ਪਲੇਟਾਂ ਵਾ ਅਤੇ ਇਸ ਤੋਂ ਬਾਅਦ ਹੁਣ ਵੇਖੋ ਕੀ ਬਣਦਾ ਵਾ 3 ਸੈੱਟ ਲਾਉਣੇ ਇਹਦੇ ਵੀ 3 ਲਾਉਣੇ ਆ ਫਰੰਟ ਦੇ 3 ਲਾਉਣੇ ਬੈਕ ਦੇ ਅਤੇ ਮੇਰੇ ਕੋਲ ਹਜੇ ਥੋੜ੍ਹੀਆਂ ਪਲੇਟਾਂ ਲੱਗਦੀਆਂ ਮੈਂ ਅਸਦ ਨਾਲੋਂ 3 ਘੱਟ ਪਲੇਟਾਂ ਲਾਉਂਦਾ ਵਾਂ ਇਹ ਹਲੇ ਅਸੀਂ ਲਾਉਣੇ ਬੈਗ ਨਹੀਂ ਇਹ ਬੈਗ ਦੇ ਲਾ ਰਿਹਾ ਵਾਂ ਹੁਣ ਮੈਂ ਇਹ 3 ਸੈੱਟ ਪੂਰੇ ਕਰਨੇ 1 ਸੈੱਟ 12 ਦਾ ਹੁੰਦਾ ਵਾ ਜਦੋਂ ਮੇਰੇ 12 ਪੂਰੇ ਹੋ ਜਾਣੇ ਮੈਂ ਛੱਡ ਦੇਣਾ ਫਿਰ ਰਿਲੈਕਸ ਕਰਨਾ ਉਸ ਤੋਂ ਬਾਅਦ ਫਿਰ ਅਸਦ ਦੀ ਵਾਰੀ ਫਿਰ ਮੇਰੀ ਵਾਰੀ ਇੱਦਾਂ ਹੀ ਅਸੀਂ ਨਾ ਗੇਮ ਲਾਈ ਦੀ ਆ ਇਹ ਹੁਣ ਮੇਰੇ ਪੂਰੇ ਹੋ ਗਏ ਅਤੇ ਹੁਣ ਅਸਦ ਦੀ ਅਸਦ ਦਾ ਸੈੱਟ ਲੱਗਣਾ ਵਾ ਜੀ 12 ਦਾ ਇਹਦਾ ਵੀ ਸੈੱਟ ਲੱਗ ਗਿਆ ਲਓ ਜੀ ਹੁਣ ਮੇਰੀ ਵਾਰੀ ਹੈ ਫਿਰ ਵੇਖੋ ਹੁਣ ਮੇਰਾ ਕੀ ਬਣਦਾ ਵਾ ਜਿੰਮ 'ਤੇ ਜਾਣ ਲੱਗ ਗਿਆ ਵਾਂ ਥੋੜ੍ਹਾ ਬਹੁਤਾ ਤਾਂ ਫਰਕ ਆਉਂਦੇ ਆ ਜਿਸਮ ਦੇ ਵਿੱਚ ਬਾਕੀ ਮਹੀਨੇ ਬਾਅਦ 2 ਮਹੀਨਿਆਂ ਬਾਅਦ ਵੇਖੂੰਗੇ ਹੁਣ ਕੀ ਬਣਦਾ ਜਿਸਮ ਦਾ ਇੱਧਰ ਅਸਦ ਸਾਹਿਬ ਜੀ ਰਿਲੈਕਸ ਹੋ ਕੇ ਬਹਿ ਗਏ ਆ ਜੀ ਗੇਮ ਲਾ ਕੇ ਭੀ ਬੋਲ ਪਈ ਆ ਅਤੇ ਹੁਣ ਇਸ ਤੋਂ ਬਾਅਦ ਜੀ ਲਾਉਣਾ ਬੈਂਚ ਅਤੇ ਵੇਖੋ ਹੁਣ ਕਿੰਨੇ ਦਾ ਬੈਂਚ ਲਵਾਉਂਦੇ ਆ ਪਲੇਟਾਂ ਕਿੰਨੀਆਂ ਪਾਉਂਦੇ ਆ ਮੈਨੂੰ ਤਾਂ ਕੋਈ ਆਈਡੀਆ ਨਹੀਂ ਆਹ ਬੈਂਚ ਲਾ ਕੇ ਤੋਂ ਬਾਅਦ ਆਹ ਮਸ਼ੀਨ ਫਿਰ ਨਾਲ ਦੀ ਮਸ਼ੀਨ ਉਹ ਤੋਂ ਨਾਲ ਦੀ ਫਿਰ ਉਹ ਤੋਂ ਨਾਲ ਦੀ ਫਿਰ ਆਹ ਜਿਹੜੀ ਮਸ਼ੀਨ ਜਿੱਥੇ ਬਾਈ ਕਰ ਰਿਹਾ ਵਰਕਆਊਟ ਇਹ 'ਤੇ ਲਾਉਣਾ ਵਾ
ਉਸ ਤੋਂ ਬਾਅਦ ਜੀ ਫਿਰ ਵੇਖੋ ਅਕਲਾਈ ਦੀ ਗੇਮ ਲਾਈ ਦੀ ਹੈ ਅਤੇ ਹੁਣ ਲਾਉਣ ਲੱਗੇ। ਫਿਲਹਾਲ ਅਸੀਂ ਲਾ ਰਹੇ ਹਾਂ ਬੈਂਚ, ਅਤੇ ਆ ਜਿਹੜੀਆਂ ਪਲੇਟਾਂ ਪਾਈਆਂ ਨਾ ਇਹ 10-10 ਕਿਲੋ ਦੀ ਆ, 10 ਕਿਲੋ ਦੀ ਇੱਧਰ, 10 ਕਿਲੋ ਦੀ ਉੱਧਰ, 20 ਕਿਲੋ ਅਤੇ ਨਾਲ 20 ਕਿਲੋ ਦਾ ਰਾਡ, ਅਤੇ ਤਕਰੀਬਨ ਟੋਟਲ ਅਸੀਂ 40 ਕਿਲੋ ਦਾ ਬੈਂਚ ਲਾ ਰਹੇ ਹਾਂ। ਮਾਣ ਇੱਕ 40 ਕਿਲੋ ਦੇ ਵਿੱਚ ਮਾਣ ਹੁੰਦਾ ਪੂਰਾ, ਅਤੇ ਇਹ 12 ਦੇ ਸੈੱਟ ਲਾਉਣੇ, ਇਹ ਵੀ 3 ਲਾਉਣੇ ਆ ਸੈੱਟ 12-12 ਦੇ। ਲਓ ਜੀ ਸਪੀਡਾਂ ਚੈੱਕ ਕਰੋ ਮੁੰਡੇ ਦੀਆਂ, ਬਾਕੀ ਗੱਲਾਂ ਛੱਡੋ। ਲਓ ਜੀ ਸੱਸਾ ਨੇ ਲਾ ਲਿਆ ਬੈਂਚ, ਇਸ ਤੋਂ ਬਾਅਦ ਆ ਜੀ ਮੇਰੀ ਵਾਰੀ, ਮੈਂ ਤਾਂ ਲਾਉਣਾ ਪਹਿਲੇ ਦਿਨ। ਵੇਖੋ ਮੇਰੇ ਕੋਲ ਲੱਗਦਾ ਉਹ ਲਾ ਤੁਹਾਡਾ ਭਰਾ ਲਾ ਰਿਹਾ ਅੱਜ ਬੈਂਚ, ਫਿਰ ਪਹਿਲੇ ਦਿਨ ਬੈਂਚ ਲਾਉਂਦੇ ਆ ਤਾਂ ਠੀਕ ਲੱਗਦੇ ਆ ਵੈਸੇ ਮੇਰੇ ਕੋਲ ਬੈਂਚ, ਕਿਉਂਕਿ ਮੇਰੇ ਬਾਹਾਂ ਦੀ ਸਾਈਜ਼ ਤਾਂ ਉਨਾ ਹੀ ਆ ਪਰ ਸਟਰੈਂਥ ਵੱਧ ਗਈ ਆ, ਮਤਲਬ ਕਿ ਮੇਰੇ ਕੋਲ ਵਜ਼ਨ ਚੱਕਿਆ ਜਾਂਦਾ ਵਾ ਹੁਣ ਥੋੜ੍ਹਾ ਬਹੁਤਾ, ਬਾਕੀ ਮੈਂ 40 ਕਿਲੋ ਦਾ ਵਜ਼ਨ ਚੱਕ ਲਿਆ ਵਾ। ਮੁਬਾਰਕਾਂ। ਬਾਕੀ ਹੁਣ ਆਹ ਗੇਮ ਆ, ਇਹ ਵੀ ਚੈਸਟ ਦੀ ਗੇਮ ਆ, ਅਤੇ ਇਹਦੀਆਂ ਤਕਰੀਬਨ ਮੈਂ ਲਾਈਆਂ 4 ਪਲੇਟਾਂ ਲਾਈਆਂ ਵਾਂ, ਅਤੇ ਇੱਕ ਪਲੇਟ ਮੇਰਾ ਖਿਆਲ 4-4 ਕਿਲੋ ਦੀ ਕਿ ਪਤਾ ਨਹੀਂ 5-5 ਕਿਲੋ ਦੀ ਹੁੰਦੀ ਹੈ, ਇਹ ਵੀ ਕਾਫੀ ਵਜ਼ਨ ਹੋ ਜਾਂਦਾ ਵਾ, 15-20 ਕਿਲੋ ਵਜ਼ਨ ਬਣ ਜਾਂਦਾ ਵਾ। ਇਹਦੀਆਂ ਪਲੇਟਾਂ ਟੋਟਲ ਲਾਈਆਂ 4-5, ਅਤੇ ਟੋਟਲ ਬਣਦੇ ਆ ਵਜ਼ਨ 15-20। ਇਸ ਤੋਂ ਬਾਅਦ ਜਿਸ ਹਿਸਾਬ ਦੀ ਵਾਰੀ ਹੈ ਆਹ ਗੇਮ ਲਾਉਂਦੇ ਹੁਣ, ਇਹ ਵੀ ਚੈਸਟ ਦੀ ਗੇਮ ਆ। ਇਸ ਡਬਿੰਗ ਮੈਂ ਇਸ ਵਜ੍ਹਾ ਤੋਂ ਕਰ ਰਿਹਾ ਵਾਂ ਕਿ ਪਿੱਛੇ ਨਾ ਮੁੰਡਿਆਂ ਨੇ ਲਾਏ ਸੀ ਗਾਣੇ, ਅਤੇ ਤੁਹਾਨੂੰ ਪਤਾ ਵਾ ਕਿ ਜਿਮ ਦੇ ਵਿੱਚ ਗਾਣੇ ਨਾ ਲੱਗੇ ਹੋਣ ਅਤੇ ਜਿਮ ਦਾ ਮਜ਼ਾ ਨਹੀਂ ਆਉਂਦਾ, ਵਾਮ ਅਪ ਨਹੀਂ ਹੁੰਦੀ ਬੋਡੀ, ਅਤੇ ਇਸ ਵਜ੍ਹਾ ਤੋਂ ਫਿਰ ਮੈਂ ਕਿਹਾ ਚਲੋ ਮੈਂ ਡਬਿੰਗ ਕਰ ਲਵਾਂਗਾ, ਲਿਪਸਿੰਗ ਨਹੀਂ ਹੋਣੀ ਮੇਰੇ ਕੋਲ ਕਿਉਂਕਿ ਨਾ ਹੀ ਮੈਂ ਕਦੀ ਕੀਤੀ ਹੈ, ਡਬਿੰਗ ਹੋਈ ਹੋਊਗੀ, ਮੈਂ ਪਿੱਛੇ ਫਿਰ ਬੋਲ ਲਵਾਂਗਾ ਆਪੀ, ਅਤੇ ਬਗਾਇਆ ਫਿਰ ਮੈਂ ਹੁਣ ਤੁਹਾਨੂੰ ਦੱਸੀ ਜਾਣਿਆ ਜੋ ਜੋ ਅਸੀਂ ਕੀਤਾ ਜਿਮ ਦੇ ਵਿੱਚ। ਇਹ ਵੀ ਚੈਸਟ ਦੀ ਗੇਮ ਆ, ਇਹਦੀਆਂ ਮੈਂ 2 ਪਲੇਟਾਂ ਲਾਈਆਂ ਐਵੇਂ ਤੁਹਾਡੇ ਨਾਲ ਮੈਂ ਝੂਠ ਬੋਲਾਂ। ਇਹਦੇ ਵਿੱਚ ਮੈਂ ਬੱਸ ਹੋ ਗਈ, ਹੈਂਡ ਵਾਲੀ ਗੇਮ ਸੀਗੀ, ਸ਼ੁਰੂ ਤੋਂ ਗੇਮ ਲਾਉਂਦੇ ਹੋ ਉਹਨੇ ਤਾਂ ਬੱਸ ਹੋ ਗਈ ਸੀਗੀ ਬਾਹਾਂ 'ਚ, ਅਤੇ ਇਹਦੀਆਂ ਮੈਂ ਫਿਰ 2 ਪਲੇਟਾਂ ਹੀ ਲਾ ਲਈਆਂ ਚੁੱਪ ਕਰਕੇ, ਮੈਂ ਕਿਹਾ ਐਵੇਂ ਕਿਤੇ। ਇਸ ਤੋਂ ਬਾਅਦ ਆ ਡੰਬਲ ਵਾਲੀ ਗੇਮ, ਇਹ ਵੀ ਚੈਸਟ ਦੀ ਆ, ਇਹ ਸਿਰਫ ਮੈਂ ਅਸਰ ਦਾ ਸ਼ੋਲਡ ਆਫ ਲਿਆ ਵਾ, ਆਪਣਾ ਨਹੀਂ ਮੈਂ ਲਿਆ ਕਿਉਂਕਿ ਮੇਰੀ ਪਹਿਲੀ ਗੇਮ ਸੀ, ਸਹੀ ਨਹੀਂ ਲੱਗੀ। ਉਸ ਤੋਂ ਬਾਅਦ ਆਹ ਗੇਮ ਲਾਈ ਅਸੀਂ, ਇੱਧਰ ਭਾਈ ਵੇਟ ਲਾ ਰਹੇ ਆ, ਬਾਕੀ ਜਿਮ ਦੇ ਵਿੱਚ ਇੰਨਾ ਰਸ਼ ਨਹੀਂ ਸੀ ਜਦੋਂ ਅਸੀਂ ਗਏ ਹਾਂ, ਪਰ ਬਾਅਦ 'ਚ ਬਹੁਤ ਰਸ਼ ਹੋ ਗਿਆ, ਅਤੇ ਆਹ ਗੇਮ ਮੈਂ ਵੀ ਲਾਈ ਹੈ, ਇਹ ਵੀ ਚੈਸਟ ਦੀ ਹੈ, ਇਹ ਪਹਿਲੇ ਦਿਨ ਲਾਈ ਹੈ ਅਤੇ ਸਹੀ ਨਹੀਂ ਲੱਗੀ ਗੇਮ ਮੇਰੇ ਕੋਲ। ਪਿੱਛੇ ਇੱਕ ਮੁੰਡਾ ਬੈਠਾ ਸੀ, ਟ੍ਰੇਨਰ ਸੀਗਾ, ਉਹ ਵੀ ਬਾਬਾ ਦੇਰ ਦੀ ਗਾ ਰਹੇ, ਸੀਨੀਅਰ ਸੀ ਸਾਡੇ ਤੋਂ, ਫਿਰ ਉਹਨੇ ਦੱਸਿਆ ਕਿਵੇਂ ਲਾਉਣੀ ਹੈ, ਫਿਰ ਥੋੜ੍ਹੀ ਬਹੁਤੀ ਦੱਸਣ। ਜਿਮ 'ਚੋਂ ਵਾਪਸ ਆ ਗਏ ਹਾਂ, ਤਕਰੀਬਨ ਹੁਣ 7 ਵੱਜਣ ਦੇ, 5 ਵਜੇ ਨਿਕਲੇ ਸੀ ਘਰੋਂ, ਅਤੇ ਬਗਾਇਆ ਹੁਣ ਨਾ 2 ਘੰਟੇ ਲਾ ਰਹੇ ਜਿਮ ਦੇ ਵਿੱਚ। ਜਸਦੀ ਭੀ ਬੋਲੀ ਪਈ, ਆਹੋ 3-3 ਪਲੇਟਾਂ ਵੱਧ ਸੀ, ਬੜਾ ਕਿਤੇ ਵੇਟ ਮੇਰੇ ਤੋਂ ਵੱਧ ਲਾ ਰਿਹਾ ਹੁਣ ਨਾ, ਅੱਜ ਦਾ ਬਲੋਗ ਇੱਥੇ ਗਰਮ ਕਰਦੇ ਹਾਂ, ਜਿਮ ਦੇ ਵਿੱਚ ਕਾਫੀ ਜ਼ਿਆਦਾ ਨਾ ਥਕਾਵਟ ਹੋ ਜਾਂਦੀ ਆ ਆ ਕੇ, ਅਤੇ ਬਕਾਇਆ ਤੁਹਾਨੂੰ ਅਗਲੇ ਬਲੋਗ 'ਚ ਮਿਲਦੇ ਹਾਂ, ਉਨੀ ਦੇਰ ਤੱਕ ਤੁਸੀਂ ਬਲੋਗ ਇੰਜੋਏ ਕਰੋ, ਅਤੇ ਬਾਕੀ ਲਾਈਕ ਕਰ ਲਓ, ਸ਼ੇਅਰ ਕਰੋ, ਸਬਸਕ੍ਰਾਈਬ ਕਰ ਲਓ ਮੇਰੇ ਯੂਟਿਊਬ ਚੈਨਲ ਮਨੀਪ ਲਾਲਪੁਰੀ, ਨਾਲ ਦੀ ਬੈਲ ਆਈਕਨ ਪ੍ਰੈਸ ਕਰ ਲਓ, ਲੇਟੈਸਟ ਅਪਡੇਟ ਮਿਲਦੀ ਰਹੇ। ਬਾਕੀ ਅੱਲਾ ਹਾਫਿਜ਼।